ऐ अल्लाह, हम तेरी ही इबादत करते हैं और तुझी से मदद मांगते हैं। आवाज़ की दुनिया के दोस्तों, अस्सलाम वालेकुम। मेरा एनिमल टीवी ते खुश आमदीद। मैं ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ ਦੇ ਨਾਲ ਹੀ ਲੱਗੇ ਹੋਏ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਮੇਰਾ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ ਮੇਰੀ ਦੁਆ ਹੈ, ਮੈਂ ਉਮੀਦ ਕਰਨਾ ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਔਰ ਮੇਰੇ ਐਨੀਮਲ ਟੀਵੀ ਦੇ ਨਾਲ ਪਿਆਰ ਕਰਨ ਵਾਲੇ ਜਿੱਥੇ ਵੀ ਵੱਸ ਰਹੇ ਨੇ ਖੁਸ਼ ਵੱਸ ਰਹੇ ਨੇ, ਅੱਲਾਹ ਤਾਲਾ ਦੀ ਟੇਰ ਅੰਤ ਨਾਜ਼ਲ ਹੋ ਰਹੀਆਂ ਨੇ। ਜਨਾਬ ਜਿਹੜੀ ਅੱਜ ਗਾਏ ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਇਆ, ਅੱਲਾਹ ਦੇ ਫਜ਼ਲ ਨਾਲ ਕੱਲ੍ਹ ਦੀ ਡੇਟ ਦੇ ਵਿੱਚ ਲਗਾਈ ਸੀ ਅਤੇ ਬੜਾ ਵਾਸ਼ ਟਾਈਮ ਲਿਆ ਸੀ, ਬੜੇ ਦੋਸਤਾਂ ਨੇ ਦੇਖੀ ਸੀ, ਢੇਰ ਵਾਸ਼ ਟਾਈਮ ਲਿਆ ਸੀ ਅਤੇ ਢੇਰ ਸਾਰੇ ਦੋਸਤਾਂ ਨੇ ਵੀਰਾਂ ਨੇ ਵੇਖੀ ਸੀ, ਬੜਾ ਪਿਆਰ ਮਿਲਿਆ ਸੀ। ਰਾਜਸਥਾਨੀ ਅਤੇ ਚੋਲਸਤਾਨੀ ਕ੍ਰਾਸ ਗਾਏ ਸੀ, ਮਾਸ਼ਾਅੱਲਾ ਹੈ ਗਾਏ ਸੀ, ਪਰ ਦੁੱਧ ਵੱਲੇ ਵੇਖੀਏ ਅਤੇ ਮੱਝ ਹੀ ਸੀ, ਥਣ ਵੱਲੇ ਵੇਖੀਏ ਅਤੇ ਮੱਝ ਹੀ ਸੀ, ਲਬਾਸਵਾਨਾ ਵੇਖੀਏ ਅਤੇ ਮੱਝ ਹੀ ਸੀ, ਮਾਸ਼ਾਅੱਲਾ। ਲੇਕਿਨ ਮੇਰੇ ਬੜੇ ਹੀ ਪਿਆਰੇ ਦੋਸਤ ਨੇ, ਮੇਰੇ ਸਬਸਕ੍ਰਾਈਬਰ ਨੇ ਗੁਜਰਾਂ ਵਾਲੇ ਤੋਂ, ਯੂਕੇ ਜਨਾਬ ਰਹਿੰਦੇ ਨੇ ਅਤੇ ਫਰਾਮ ਨੇ ਗੁਜਰਾਂ ਵਾਲੇ ਤੋਂ, ਤਾਰਕ ਮਹਿਮੂਦ ਸਾਹਿਬ ਉਹਨਾਂ ਦੇ ਭਾਈ ਨੇ, ਜਨਾਬ ਹਾਮਦ ਨਾਸਰ ਚੀਮਾ ਸਾਹਿਬ ਅਤੇ ਤਾਰਕ ਮਹਿਮੂਦ ਚੀਮਾ ਸਾਹਿਬ ਦਾ ਬੜਾ ਬੜਾ ਸ਼ੁਕਰੀਆ ਜਨਾਬ, ਜਿਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਇਤਮਾਦ ਕੀਤਾ ਅਤੇ ਅੱਲਾਹ ਦੇ ਫਜ਼ਲ ਦੇ ਨਾਲ ਉਹਨਾਂ ਦੇ ਇਤਮਾਦ ਨੂੰ ਠੇਸ ਨਹੀਂ ਪਹੁੰਚੀ ਅਤੇ ਨਾ ਹੀ ਪਹੁੰਚਣ ਦਿਆਂਗੇ ਅਤੇ ਨਾ ਹੀ ਕਿਸੇ ਦੋਸਤ ਵੀਰ ਦੇ ਇਤਮਾਦ ਨੂੰ ਠੇਸ ਪਹੁੰਚਣ ਦਿੱਤੀ ਹੈ ਕਦੇ। ਗਾਏ ਦਹਾਵਾਂਗੇ, ਦੋਸਤ ਵੀਰ ਵਾਕਿਆ ਕਹਿਣਗੇ ਕਿ ਜਿਸ ਤਰ੍ਹਾਂ ਮੇਰਾ ਐਨੀਮਲ ਟੀਵੀ ਕੰਮ ਕਰਦਾ, ਨਾ ਕੋਈ ਕੰਮ ਕਰ ਸਕਦਾ, ਨਾ ਕੋਈ ਕੰਮ ਕਰਕੇ ਦਿਖਾਏਗਾ। ਇਹ ਵਾਹਦ ਪੰਜਾਬ ਦਾ ਮੇਰਾ ਐਨੀਮਲ ਟੀਵੀ ਚੈਨਲ ਹੈ ਜਿਹੜਾ ਅੱਲਾਹ ਦੇ ਫਜ਼ਲ ਦੇ ਨਾਲ ਦੋਸਤ ਵੀਰ ਆਉਂਦੇ ਨਹੀਂ, ਦੋਸਤ ਵੀਰ ਪੇਮੈਂਟ ਕਰਵਾਉਂਦੇ ਨੇ ਅਤੇ ਦੋਸਤਾਂ ਵੀਰਾਂ ਦੇ ਘਰ ਬੈਠਿਆਂ ਦੋਸਤਾਂ ਵੀਰਾਂ ਦੀ ਦਹਿਲੀਜ਼ ਤੱਕ ਅੱਲਾਹ ਤਾਲਾ ਦੀ ਮਰਜ਼ੀ ਸ਼ਾਮਲ ਹੁੰਦੀ ਹੈ ਅਤੇ ਜਾਨਵਰ ਦੋਸਤਾਂ ਵੀਰਾਂ ਦੀ ਦਹਿਲੀਜ਼ ਤੱਕ ਪਹੁੰਚਾਈਦਾ ਅੱਲਾਹ ਦੇ ਫਜ਼ਲ ਦੇ ਨਾਲ। ਬਾਕੀ ਗਾਏ ਦਹਾਨੇ ਆ, ਨਾਲ ਨਾਲ ਲੋਡ ਕਰਨੇ ਆ, ਤਾਰਕ ਮਹਿਮੂਦ ਚੀਮਾ ਸਾਹਿਬ ਲਵ ਯੂ, ਬਹੁਤ ਬਹੁਤ ਸ਼ੁਕਰੀਆ। ਅਤੇ ਬਾਕੀ ਗਾਏ ਲੋਡ ਕਰਨੇ ਆ, ਤੁਹਾਡੀ ਅਮਾਨਤ ਪਹੁੰਚਾਉਂਦੇ ਹਾਂ ਜਨਾਬ। ਅਤੇ ਦੋਸਤਾਂ ਨੂੰ ਦੱਸੀਦਾ ਪੰਜਾਬ ਦਾ ਵਾਹ ਚੈਨਲ ਮੇਰਾ ਐਨੀਮਲ ਟੀਵੀ ਹੈ ਜਿਹੜਾ ਸਾਫ਼ ਸੁਥਰੇ ਸੁੱਚੇ ਅਤੇ ਖਰੇ ਜਾਨਵਰ ਦਿੰਦਾ ਅਤੇ ਸੋਨਾ ਵੇਚਦਾ, ਸੋਨਾ ਹੀ ਦਿਖਾਉਂਦਾ ਅਤੇ ਸੋਨਾ ਹੀ ਦੋਸਤਾਂ ਵੀਰਾਂ ਦੇ ਘਰ ਭੇਜਦਾ ਅੱਲਾਹ ਦੇ ਫਜ਼ਲ ਦੇ ਨਾਲ। ਬਾਕੀ ਦੋਸਤਾਂ ਨੂੰ ਦੱਸੀਦਾ ਸੋਨਾ ਲੈਣਾ ਹੋਵੇ ਅਤੇ ਮੇਰਾ ਐਨੀਮਲ ਟੀਵੀ ਤੋਂ, ਪਿੱਤਲ ਲੈਣਾ ਹੋਵੇ ਅਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰਾ ਐਨੀਮਲ ਟੀਵੀ ਦੀ ਆਵਾਜ਼ ਹੈ। ਗਾਏ ਦਹਾਨੇ ਆ ਅਤੇ ਨਾਲ ਲੋਡ ਕਰ ਦਹਾਓ ਜੀ। ਲਓ ਜੀ ਦੋਸਤੋ, ਇਹ ਗਾਏ ਸੀ ਜਨਾਬ ਮਾਸ਼ਾਅੱਲਾ ਰਾਜਸਥਾਨੀ ਚੋਲਸਤਾਨੀ ਕ੍ਰਾਸ, 1,90,000 ਮੁੱਲ ਕੀਤਾ ਸੀ ਅਤੇ ਬੜੇ ਦੋਸਤਾਂ ਵੀਰਾਂ ਨੇ ਮੰਗੀ ਸੀ। ਦੋਸਤ ਵੀਰ ਜਨਾਬ ਵੇਖ ਲੈਣ, ਪਿੱਛੇ ਵੱਛੀ ਸੀ, ਇੱਕ ਦੀਆਂ ਦੋ ਗਾਵਾਂ, ਵੱਛੀ ਵੀ ਮਾਂ ਰੰਗੀ ਅਤੇ ਮਾਂ ਤਾਂ ਫਿਰ ਮਾਂ ਹੀ ਹੈ ਮਾਸ਼ਾਅੱਲਾ। ਇੱਕ ਦੀਆਂ ਦੋ ਗਾਵਾਂ, ਖੋਲ੍ਹੋ ਜੀ, ਲੈ ਚਲੋ ਖੋਲ੍ਹੋ ਮਾਸ਼ਾਅੱਲਾ। ਅੱਜ ਦੀ ਫਲੈਟ ਉੱਡਣ ਲੱਗੀ ਹੈ ਗੁਜਰਾਂ ਵਾਲੇ ਵਾਸਤੇ ਚੀਮਾ ਸਾਹਿਬ ਦੇ ਘਰ। ਇੱਕ ਦੀਆਂ ਦੋ ਗਾਵਾਂ, ਪਿੱਛੇ ਵੱਛੀ, ਗਾਏ ਰਾਜਸਥਾਨੀ ਚੋਲਸਤਾਨੀ ਕ੍ਰਾਸ, ਬੜਾ ਪਿਆਰਾ ਲਬਾਸਵਾਨਾ ਅਤੇ ਬੜਾ ਸੋਹਣਾ ਥਣ ਅਤੇ ਬੜੀਆਂ ਖੂਬਸੂਰਤੀਆਂ ਅਤੇ ਬੜੀਆਂ ਲੰਬਾਈਆਂ ਅਤੇ ਬੜਾ ਕੱਦ ਅਤੇ ਅੱਜ ਦੀ ਫਲੈਟ ਜਾ ਰਹੀ ਹੈ ਜਨਾਬ ਗੁਜਰਾਂ ਵਾਲੇ। ਲੈ ਚਲੋ ਜੀ, ਲੈ ਚਲੋ ਜੀ, ਲੋਡ ਕਰੋ ਜੀ ਮਾਸ਼ਾਅੱਲਾ ਜੀ। ਭਾਈ ਤਾਰਕ ਮਹਿਮੂਦ ਚੀਮਾ ਸਾਹਿਬ ਦਾ ਤੋਹਫਾ ਲੋਡ ਕਰੋ ਜੀ ਮਾਸ਼ਾਅੱਲਾ। ਇਹ ਵੱਛੀ ਪਕੜੋ ਜੀ, ਵੱਛੀ
ਵਿਕਾਸ ਪਕੜ ਵੀ ਵੱਛੀ ਪਕੜ ਕਰ ਲੋ ਪਿੱਛੋਂ ਸਰੀਆ ਲਾਓ ਨਾ ਪਿੱਛੋਂ ਸਰੀਆ ਲਾਓ ਬੱਚਾ ਨੀ ਨੇੜੇ ਕਰ ਅਜੇ ਟਾਇਰਾਂ ਵਾਲੀ ਜਗ੍ਹਾ ਨਾ ਹੋਰ ਡੂੰਗੀ ਕਰੋ ਸਹੀ ਨੀ ਬਣਿਆ ਅੱਡਾ ਅੱਡਾ ਸਹੀ ਨੀ ਬਣਿਆ ਚਲੋ ਜੀ ਮਾਸ਼ਾਅੱਲਾ ਜੀ ਲੋ ਜੀ ਭਾਈ ਤਾਰਕ ਚੀਮਾ ਸਾਹਿਬ ਤੁਹਾਡੀ ਅਮਾਨਤ ਲੋਡ ਕਰ ਦਿੱਤੀ ਹੈ ਅੱਲਾ ਤੁਹਾਡੇ ਨਸੀਬ ਕਰੇ ਪੀਣਾ ਨਸੀਬ ਕਰੇ ਅਸੀਂ ਆਪਣੀ ਜ਼ਿੰਮੇਦਾਰੀ ਪੂਰੀ ਕਰ ਲਈ ਹੈ ਦੇਖੋ ਪਰਾਲੀ ਸ਼ਾਲੀ ਪਾ ਕੇ ਤਸੱਲੀ ਨਾਲ ਲੋਡ ਕਰ ਦਿੱਤੀ ਹੈ ਇਹ ਜਨਾਬ ਡਾਲਾ ਨੰਬਰ ਹੈ LRJ5161 ਇਹ ਜਨਾਬ ਡਾਲਾ ਅਤੇ ਇਹ ਡਾਲੇ ਦਾ ਡਰਾਈਵਰ ਹੈ ਜਨਾਬ ਮੌਲਵੀ ਸਾਹਿਬ ਇੱਧਰ ਦੇਖੋ ਜੀ ਠੀਕ ਹੋ ਗਿਆ ਜੀ ਦੋਸਤਾਂ ਵੀਰਾਂ ਨੂੰ ਜਨਾਬ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਵੇ ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਾਂ ਜਨਾਬ ਫਿਰ ਮਿਲਾਂਗੇ ਇੱਕ ਅੱਛੀ ਵੀਡੀਓ ਅੱਛੀ ਗਾਇ ਦੇ ਨਾਲ ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ ਪਾਕਿਸਤਾਨ ਜ਼ਿੰਦਾਬਾਦ